का खालसा वाहेगुरु जी की फतेह। किसान वीरों, एक दुआबा किसान यूनियन पंजाब वालों ते संयुक्त किसान मोर्चे वालों सारे ही पंजाब दे किसान वीरां नूं, गन्ना काश्तकार वीरां नूं ते आम लोकां नूं एक अपील की जाती है कि जिन्नी भी पंजाब दी दुआबे दी माझे दी बैल्ट गन्ने दी आ, खास करके जो मिला ना मिलों वालों गन्ना सप्लाई किया जाता किसानों का, एक तो रेट नहीं बधाया 6 साल तो पंजाब सरकार ने। सो साडी मेन पंजाब दे किसानां दी मंग आ कैप्टन सरकार अगे, क्योंकि कई बार मंग पत्र इन्हां दे मंत्रियां नूं और कैप्टन अमरिंदर सिंह नूं किसान जथेबंदियां वल्लों दित्ते जा चुके ने, पर सुनवाई नहीं कीती जा रही। सो उहदे विच कल खटखट कला विखे 16 किसान जथेबंदियां ने यह फैसला लिया कि जो धन्नो वाली फाटक आ जलंधर उहदे नेड़े जो हाईवे मेन हाईवे जलंधर 20 तरीक नूं सवेरे 9 बजे उत्थे हाईवे जाम किया जाऊगा ते पूरे ही पंजाब विचों किसान जथेबंदियां ते किसान नौजवान मजदूर ते गन्ना काश्तकार वड्डे पद्धर ते उत्थे पूरे पंजाब चो पहुंच रहे ने। सो असी भी दुआबा किसान यूनियन पंजाब उस विच हिस्सा पाण लई योगदान उस धरने बजारे नूं सफल करन लई वड्डे पद्धर ते नवां शहर जलंधर ते हुशियारपुर तों लुधियाणे तों किसान लैके उत्थे पहुंचांगे। सो यह 20 तरीक नूं ठीक 9 बजे उत्थे जलंधर सारे ही किसानां नूं खास करके दुआबे नूं अपील आ ते उत्थे वध चढ़ के हिस्सा लो तां जो असीं जो साडियां गन्ने दे संबंध विच मेन मंग आ 400 रुपया रेट तय करे पंजाब सरकार इस सीजन तों चलण तों पहलां पहलां इस 20 तरीक दा जो साडा अल्टीमेटम सी वे 20 तरीक नूं असीं धरना लावांगे, पर पंजाब सरकार ने हजे तक उस दी सुनवाई नहीं कीती। सो 20 तरीक नूं असीं धरना लाण जा रहे हां वड्डे पद्धर ते जो साडियां रहिंदियां पेमेंटां आ पिछले सीजन दीआं 20 और 21 सीजन जो गन्ना काश्तकारां ने गन्ना मिलां नूं सप्लाई कीता आ उह वी रहिंदियां पेमेंटां पंजाब सरकार जल्द तों जल्द रिलीज करे ते जो मेन मंग आ ਤੇ ਅਗਲਾ ਸੀਜ਼ਨ ਜੋ 21 और 22 ਦਾ ਸੀਜ਼ਨ ਆਉਣ ਜਾ ਰਿਹਾ ਪੰਜਾਬ ਸਰਕਾਰ 400 ਰੁਪਇਆ ਗੰਨੇ ਦਾ ਰੇਟ ਤੈਅ ਕਰੇ, ਨਹੀਂ ਤਾਂ ਇਹ ਧਰਨਾ ਅਣਮਿੱਥੇ ਸਮੇਂ ਲਈ ਲਗਾਇਆ ਜਾਵੇਗਾ। ਸੋ ਸਾਰੇ ਹੀ ਕਿਸਾਨਾਂ ਨੂੰ ਅਪੀਲ ਆ ਕਿ 20 ਤਰੀਕ ਨੂੰ 9 ਵਜੇ ਜਲੰਧਰ ਧੰਨੋ ਵਾਲੀ ਫਾਟਕ ਮੇਨ ਹਾਈਵੇ ਜਲੰਧਰ ਵਿਖੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਇੱਕ ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਹੀ ਪੰਜਾਬ ਦੇ ਕਿਸਾਨ ਵੀਰਾਂ ਨੂੰ, ਗੰਨਾ ਕਾਸ਼ਤਕਾਰ ਵੀਰਾਂ ਨੂੰ ਤੇ ਆਮ ਲੋਕਾਂ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਜਿੰਨੀ ਵੀ ਪੰਜਾਬ ਦੀ ਦੁਆਬੇ ਦੀ ਮਾਝੇ ਦੀ ਬੈਲਟ ਗੰਨੇ ਦੀ ਆ, ਖਾਸ ਕਰਕੇ ਜੋ ਮਿੱਲਾਂ ਵੱਲੋਂ ਗੰਨਾ ਸਪਲਾਈ ਕੀਤਾ ਜਾਂਦਾ ਕਿਸਾਨਾਂ ਦਾ, ਇੱਕ ਤਾਂ ਰੇਟ ਨਹੀਂ ਵਧਾਇਆ 6 ਸਾਲ ਤੋਂ ਪੰਜਾਬ ਸਰਕਾਰ ਨੇ। ਸੋ ਸਾਡੀ ਮੇਨ ਪੰਜਾਬ ਦੇ ਕਿਸਾਨਾਂ ਦੀ ਮੰਗ ਆ ਕੈਪਟਨ ਸਰਕਾਰ ਅੱਗੇ, ਕਿਉਂਕਿ ਕਈ ਵਾਰ ਮੰਗ ਪੱਤਰ ਇਹਨਾਂ ਦੇ ਮੰਤਰੀਆਂ ਨੂੰ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਚੁੱਕੇ ਨੇ, ਪਰ ਸੁਣਵਾਈ ਨਹੀਂ ਕੀਤੀ ਜਾ ਰਹੀ। ਸੋ ਉਹਦੇ ਵਿੱਚ ਕੱਲ ਖਟਖਟ ਕਲਾ ਵਿਖੇ 16 ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਕਿ ਜੋ ਧੰਨੋ ਵਾਲੀ ਫਾਟਕ ਆ ਜਲੰਧਰ ਉਹਦੇ ਨੇੜੇ ਜੋ ਹਾਈਵੇ ਮੇਨ ਹਾਈਵੇ ਜਲੰਧਰ 20 ਤਰੀਕ ਨੂੰ ਸਵੇਰੇ 9 ਵਜੇ ਉੱਥੇ ਹਾਈਵੇ ਜਾਮ ਕੀਤਾ ਜਾਊਗਾ ਤੇ ਪੂਰੇ ਹੀ ਪੰਜਾਬ ਵਿੱਚੋਂ ਕਿਸਾਨ ਜਥੇਬੰਦੀਆਂ ਤੇ ਕਿਸਾਨ ਨੌਜਵਾਨ ਮਜ਼ਦੂਰ ਤੇ ਗੰਨਾ ਕਾਸ਼ਤਕਾਰ ਵੱਡੇ ਪੱਧਰ ਤੇ ਉੱਥੇ ਪੂਰੇ ਪੰਜਾਬ 'ਚ ਪਹੁੰਚ ਰਹੇ ਨੇ। ਸੋ ਅਸੀਂ ਵੀ ਦੁਆਬਾ ਕਿਸਾਨ ਯੂਨੀਅਨ ਪੰਜਾਬ ਉਸ ਵਿੱਚ ਹਿੱਸਾ ਪਾਉਣ ਲਈ ਯੋਗਦਾਨ ਉਸ ਧਰਨੇ ਬਜ਼ਾਰੇ ਨੂੰ ਸਫਲ ਕਰਨ ਲਈ ਵੱਡੇ ਪੱਧਰ ਤੇ ਨਵਾਂ ਸ਼ਹਿਰ ਜਲੰਧਰ ਤੇ ਹੁਸ਼ਿਆਰਪੁਰ ਤੋਂ ਲੁਧਿਆਣੇ ਤੋਂ ਕਿਸਾਨ ਲੈ ਕੇ ਉੱਥੇ ਪਹੁੰਚਾਂਗੇ। ਸੋ ਇਹ 20 ਤਰੀਕ ਨੂੰ ਠੀਕ 9 ਵਜੇ ਉੱਥੇ ਜਲੰਧਰ ਸਾਰੇ ਹੀ ਕਿਸਾਨਾਂ ਨੂੰ ਖਾਸ ਕਰਕੇ ਦੁਆਬੇ ਨੂੰ ਅਪੀਲ ਆ ਵੀ ਉੱਥੇ ਵੱਧ ਚੜ੍ਹ ਕੇ ਹਿੱਸਾ ਲਓ ਤਾਂ ਜੋ ਅਸੀਂ ਜੋ ਸਾਡੀਆਂ ਗੰਨੇ ਦੇ ਸੰਬੰਧ ਵਿੱਚ ਮੇਨ ਮੰਗ ਆ 400 ਰੁਪਇਆ ਰੇਟ ਤੈਅ ਕਰੇ ਪੰਜਾਬ ਸਰਕਾਰ ਇਸ ਸੀਜ਼ਨ ਤੋਂ ਚੱਲਣ ਤੋਂ ਪਹਿਲਾਂ ਪਹਿਲਾਂ ਇਸ 20 ਤਰੀਕ ਦਾ ਜੋ ਸਾਡਾ ਅਲਟੀਮੇਟਮ ਸੀ ਵੀ 20 ਤਰੀਕ ਨੂੰ ਅਸੀਂ ਧਰਨਾ ਲਾਵਾਂਗੇ, ਪਰ ਪੰਜਾਬ ਸਰਕਾਰ ਨੇ ਹਜੇ ਤੱਕ ਉਸ ਦੀ ਸੁਣਵਾਈ ਨਹੀਂ ਕੀਤੀ। ਸੋ 20 ਤਰੀਕ ਨੂੰ ਅਸੀਂ ਧਰਨਾ ਲਾਉਣ ਜਾ ਰਹੇ ਹਾਂ ਵੱਡੇ ਪੱਧਰ ਤੇ ਜੋ ਸਾਡੀਆਂ ਰਹਿੰਦੀਆਂ ਪੇਮੈਂਟਾਂ ਆ ਪਿਛਲੇ ਸੀਜ਼ਨ ਦੀਆਂ 20 और 21 ਸੀਜ਼ਨ ਜੋ ਗੰਨਾ ਕਾਸ਼ਤਕਾਰਾਂ ਨੇ ਗੰਨਾ ਮਿੱਲਾਂ ਨੂੰ ਸਪਲਾਈ ਕੀਤਾ ਆ ਉਹ ਵੀ ਰਹਿੰਦੀਆਂ ਪੇਮੈਂਟਾਂ ਪੰਜਾਬ ਸਰਕਾਰ ਜਲਦ ਤੋਂ ਜਲਦ ਰਿਲੀਜ਼ ਕਰੇ ਤੇ ਜੋ ਮੇਨ ਮੰਗ ਆ
ਭਈ ਅਗਲਾ ਸੀਜ਼ਨ ਜੋ 21 ਔਰ 22 ਦਾ ਸੀਜ਼ਨ ਆਉਣ ਜਾ ਰਿਹਾ ਪੰਜਾਬ ਸਰਕਾਰ 400 ਰੁਪਈਆ ਗੰਨੇ ਦਾ ਰੇਟ ਤੈਅ ਕਰੇ ਨਹੀਂ ਤਾਂ ਇਹ ਧਰਨਾ ਅਣਮਿੱਥੇ ਸਮੇਂ ਲਈ ਲਗਾਇਆ ਜਾਵੇਗਾ ਸੋ ਸਾਰੇ ਹੀ ਕਿਸਾਨਾਂ ਨੂੰ ਅਪੀਲ ਆ ਕਿ 20 ਤਰੀਕ ਨੂੰ 9 ਵਜੇ ਜਲੰਧਰ ਧੰਨੋਵਾਲੀ ਫਾਟਕ ਮੇਨ ਹਾਈਵੇ ਜਲੰਧਰ ਵਿਖੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਇੱਕ ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਹੀ ਪੰਜਾਬ ਦੇ ਕਿਸਾਨ ਵੀਰਾਂ ਨੂੰ ਗੰਨਾ ਕਾਸ਼ਤਕਾਰ ਵੀਰਾਂ ਨੂੰ ਤੇ ਆਮ ਲੋਕਾਂ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਜਿੰਨੀ ਵੀ ਪੰਜਾਬ ਦੀ ਦੁਆਬੇ ਦੀ